ਹਾਂਜੀ ਅੱਜ ਚੱਲੇ ਹਾਂ ਆਪਾਂ ਲਫਰਸ ਲੇਕ 'ਤੇ ਅਤੇ ਆਹ ਹੈਗਾ ਪੀਸ ਗਾਰਡਨ ਅਤੇ ਇਸ ਸਾਈਡ 'ਤੇ ਲਾਇਬ੍ਰੇਰੀ ਆ ਇਸ ਸਾਈਡ ਲੇਕ ਆ ਆਈ ਥਿੰਕ ਸੋ ਲੈਟ ਮੀ ਚੈੱਕ ਯਾ 250 meters ਦੂਰ ਰਹਿ ਗਿਆ ਦੇਖੋ ਕਿੰਨੇ ਸੋਹਣੇ ਫਲਾਵਰਸ ਲੱਗੇ ਆ ਆਈ ਡੋਂਟ ਨੋ ਦਾ ਐਂਟਰੀ ਵੇਅਰ ਇਜ਼ ਆਰ ਐਂਟਰੀ ਐਂਟਰੀ ਆਫ ਦਿਸ ਇੱਥੇ ਲਿਖਿਆ ਐਂਟਰੈਂਸ ਵੀ ਰਿਸੈਪਸ਼ਨ ਪੂਲ ਆਡੀਟੋਰੀਅਮ ਫਿਸ਼ ਫਿਟਨੈਸ ਸੈਂਟਰ ਅਤੇ ਕਮਿਊਨਿਟੀ ਰੂਮ ਆਪਾਂ ਨੂੰ ਮੈਪ ਨੇ ਗੂਗਲ ਮੈਪ ਨੇ ਰਸਤਾ ਹੋਰ ਦਿਖਾਤਾ ਸੀਗਾ ਬਟ ਆਪਾਂ ਦੇਖੋ ਪਹੁੰਚ ਗਏ ਹਾਂ ਲੇਕ 'ਤੇ ਦੇਖੋ 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 ਜਿਹੜਾ ਆਹ ਏਰੀਆ ਹੈਗਾ ਇਹ ਰਿਸਟ੍ਰਿਕਟਡ ਆ ਕਿਉਂਕਿ ਕੁਛ ਕੁ ਐਕਟੀਵਿਟੀਜ਼ ਹੋਣਗੀਆਂ ਜਾਂ ਇੱਥੇ ਕੁਛ ਲਾਈਕ ਬਣ ਰਿਹਾ ਹੈਗਾ ਅਤੇ ਇੱਥੇ ਆ ਪ੍ਰੋਜੈਕਟ ਆ ਤਾਂ ਕਰਕੇ ਆ ਅਤੇ ਅਦਰਵਾਈਜ਼ ਤੁਸੀਂ ਦੇਖ ਸਕਦੇ ਹੋ ਮਗਰ ਵੀ ਨਾ ਪੈ ਜਾਣ ਮੈਨੂੰ ਡਰ ਬਹੁਤ ਲੱਗਦਾ ਹੈਲੋ ਹੈਲੋ ਕਰਨ ਨੂੰ ਵੈਸੇ ਤਾਂ ਬਟ ਸਟਿਲ ਇੱਥੇ ਮੈਂ ਬੈਠੂੰਗੀ ਥੋੜ੍ਹਾ ਟਾਈਮ ਸੋਹਣਾ ਬਹਿ ਗਏ ਆਪਾਂ ਇੱਥੇ ਅਤੇ ਦੇਖੋ ਇਹ ਹੈਗੀ ਆ ਪਿਚਕੀ ਜੀ ਲੇਕ ਕਾਇੰਡ ਆਫ ਟੋਬਾ ਕਹਿ ਸਕਦੇ ਹਾਂ ਇੰਡੀਆ 'ਚ ਤਾਂ ਆਪਣੇ ਨੂੰ ਟੋਬਾ ਹੀ ਕਹਿ ਦਿੰਦੇ ਹਾਂ ਬਟ ਸ਼ਾਂਤੀ ਆ ਸਟਿਲ ਦੇਖਦੇ ਹਾਂ ਕਿ ਸਾਈਡ ਲੋਕੇਸ਼ਨ 170 meters ਥੋੜ੍ਹਾ ਸ਼ੂ ਕਰ ਦੇਗਾ ਆ ਇੱਥੋਂ ਦਾ ਨੈਸ਼ਨਲ ਵਰਡ ਆ ਆਈ ਹੈਵ ਟੂ ਗੋ ਵਿਚ ਸਾਈਡ ਚਲੋ ਲੈਟਸ ਸੀ ਅੱਗੇ ਚੱਲਦੇ ਹਾਂ ਅਤੇ ਦੇਖਦੇ ਹਾਂ 160 meters ਇਹਨਾਂ ਨੇ ਲਿਖੀਆਂ ਨੇ ਪਾਸ ਟੂ ਲੈਫਟ ਕੀਪ ਸਪੀਡ ਲੋ ਡੋਂਟ ਲੋ ਪਾਥ ਰੀਕ੍ਰੀਏਸ਼ਨ ਆਹ ਦੇਖੋ ਰੀਕ੍ਰੀਏਸ਼ਨ ਸੈਂਟਰ ਜਿਹੜਾ 70 meters ਆ ਅਤੇ ਇੱਕ ਲਾਇਬ੍ਰੇਰੀ ਵੀ 120 meters ਜਿੱਧਰੋਂ ਦੀ ਆਪਾਂ ਆਏ ਹਾਂ ਅਤੇ ਇੱਥੋਂ ਦੇ ਨੈਸ਼ਨਲ ਵਰਡ ਫਿਰਦੇ ਆ ਹੈਲੋ ਹਾਓ ਬਿਊਟੀਫੁੱਲ ਹਾਓ ਬਿਊਟੀਫੁੱਲ ਬਹੁਤ ਸੋਹਣਾ ਸੀ ਦੇਖੋ ਇੱਥੇ ਬਹੁਤ ਨੇ ਨੈਚੁਰਲ ਆ ਨਾ ਦੈਟਸ ਵਾਈ ਦੇਖੋ ਸੋ ਮੈਨੀ ਓ ਮਾਈ ਗੋਡ ਪਿੱਛੇ ਨਾ ਪੈ ਜਾਣ ਇੱਕ ਠੁੰਗ ਮਾਰੀ ਨਾ ਤਾਂ ਮੇਰਾ ਗਾਹ ਪੈ ਜਾਣਾ ਹੋਰ ਮੈਨੂੰ ਕਿਸੇ ਦਾ ਪਤਾ ਨਹੀਂ
ਉਹਨਾਂ ਦੇ ਕੁੱਕ ਬਖਤ ਆਪਣੇ ਬੱਚਿਆਂ ਨਾਲ ਸੋ ਬਿਊਟੀਫੁਲ No, imagine she has to on the throat first. Like, I may not. I would do that. I might be wrong. ਇੱਥੇ ਆਪਾਂ ਇਹਨਾਂ ਨੂੰ ਫੀਡ ਨਹੀਂ ਕਰ ਸਕਦੇ, ਇੱਥੋਂ ਦਾ ਲਾਅ ਆ ਜੇ ਆਪਾਂ ਕਿਸੇ ਵੀ ਜਾਨਵਰ ਨੂੰ ਜਾਂ ਪੰਛੀ ਨੂੰ ਫੀਡ ਕਰਦੇ ਹਾਂ ਇਹ ਰੂਲਸ ਹੈਗੇ ਨੇ ਸਟਾਫ ਅਤੇ ਦਿਸ ਇਜ਼ ਦਾ ਰੀਕ੍ਰੀਏਸ਼ਨਲ ਸੈਂਟਰ ਸਾਡੇ ਘਰ ਦੇ ਨੇੜੇ ਹੋਰ ਇੱਕ ਘੈਂਟ ਲੋਕੇਸ਼ਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੇਖੋ 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 ਸੋ ਮੈਣੀ ਸੋ ਕਿਊਟ ਮਿਸਿੰਗ ਆਹ ਕੁਛ ਕੁ ਝੂਲੇ ਲੱਗੇ ਆ ਅਤੇ ਉੱਪਰ ਉੱਧਰ ਲੋਕ ਰਹਿੰਦੇ ਹੋਣੇ ਆ ਉਹ ਉੱਪਰ ਜਹਾਜ ਆਈ ਜਾਂਦਾ ਅਤੇ ਉਸਦੇ ਦੇਖੋ ਝੂਲੇ ਝੂਲੇ ਹੈਗੇ ਆ ਸੋਹਣਾ ਨੋਟ ਬੈਡ ਦੇਖੋ ਉਸ ਸਾਈਡ ਰਹਿੰਦੇ ਹੋਣਗੇ ਲੋਕ ਦੇਖੋ ਬੱਚੇ ਇੱਦਾਂ ਖੇਡ ਰਹੇ ਆ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਸੋਹਣਾ ਹੈਗਾ ਦੇਖੋ ਬੱਦਲ ਵੀ ਬਹੁਤ ਹੋਏ ਆ ਥੋੜ੍ਹਾ ਸੂਰਜ ਬੱਦਲਾਂ ਦੇ ਵਿੱਚ ਲੁਕ ਗਿਆ ਨੋਟ ਬੈਡ ਇੱਥੇ ਰੀਕ੍ਰੀਏਸ਼ਨਲ ਸੈਂਟਰ ਹੈਗਾ ਸ਼ਾਇਦ ਉਹਦਾ ਕੁਛ ਨਾ ਸਵੀਮਿੰਗ ਪੂਲ ਵਗੈਰਾ ਵੀ ਹੈਗਾ ਗਾ ਉਹਦਾ ਪੇਡ ਹੋਊਗਾ ਉਹਦੀ ਐਂਟਰ ਉੱਧਰੋਂ ਜਿਹੜਾ ਰੀਕ੍ਰੀਏਸ਼ਨਲ ਸੈਂਟਰ ਉਹਦੀ ਐਂਟਰੈਂਸ ਆ ਅਤੇ ਜਿਹੜੀ ਇਹ ਚੀਜ਼ ਆ ਇਹ ਨੈਚੁਰਲ ਆ ਪਤਾ ਨਹੀਂ ਕਿਸੇ ਦਾ ਮਾਸਕ ਹੈ ਐਂਡ 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 ਇੱਥੋਂ ਦੀ ਆਪਾਂ ਇਸ ਲੋਕੇਸ਼ਨ ਦੇਖ ਸਕਦੇ ਹਾਂ ਵੀ ਕੈਨ ਸੀ ਦੇਖੋ this 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 and this and this on stick ਆਪਾਂ ਦੂਜੇ ਪਾਸੇ ਆ ਗਏ ਹਾਂ ਇਸ ਲੇਕ ਦੇ ਕਹਿ ਸਕਦੇ ਹਾਂ ਜਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਪਾਰਕ ਦੇ ਦੂਸਰੀ ਸਾਈਡ ਆਪਾਂ ਆ ਗਏ ਹਾਂ ਇੱਥੇ ਦੇਖੋ ਇੱਦਾਂ ਇੱਦਾਂ ਦੀ ਲੋਕੇਸ਼ਨ ਬਣਿਆ ਹੋਇਆ ਗਾ ਅਤੇ ਮੈਨੂੰ ਥੋੜ੍ਹਾ ਜ਼ਿਆਦਾ ਸਕੇਰੀ ਜਿਹਾ ਲੱਗ ਰਿਹਾ ਸੋ ਲੈਟ ਮੀ ਚੈੱਕ ਇੱਥੇ ਮੈਨੂੰ ਨਹੀਂ ਰਸਤਾ ਅੱਗੇ ਸਹੀ ਹੋਣਾ ਕਿਉਂਕਿ ਇਕੱਲਾ ਹੈਗਾ ਨਹੀਂ ਬਟ ਸਟਿਲ ਜਵਾਕ ਬੱਚੇ ਵੀ ਆ ਰਹੇ ਆ ਬਟ ਮੈਂ ਜਾਣਾ ਘਰ ਅਤੇ ਮੇਰੀ ਬਹੁਤ ਸਾਰਾ ਟਾਈਮ ਵੀ ਹੋਣ ਵਾਲਾ ਗਾ ਸੋ ਆਈ ਕਾਂਟ ਵੇਟ ਮੋਰ ਇੱਧਰ ਜਦੋਂ ਫਿਰ ਕੋਈ ਹੋਇਆ
ਹੋਇਆ ਨਾਲ ਫੇਰ ਆਵਾਂਗੇ ਕਿਉਂਕਿ ਇੱਧਰ ਵੀ ਟ੍ਰੇਲ ਤਾਂ ਬਣਿਆ ਹੋਇਆ ਇਸ ਸਾਈਡ ਵੀ ਬਣਿਆ ਹੋਇਆ ਬਟ ਮੈਂ ਅੱਗੇ ਨਹੀਂ ਜਾਣਾ ਹੈ ਨਾ ਤੋ ਪਿੱਛੇ ਹੀ ਚਲੇਂਗੇ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਬਰੈਂਪਟਨ ਦੇ ਵਿੱਚ ਜਗ੍ਹਾ ਘੱਟ ਆ ਜਾਂ ਜਿਵੇਂ ਦੂਰ ਦੂਰ ਤਾਂ ਲੋਕੇਸ਼ਨਸ ਹੈਗੀਆਂ ਨੇ ਹੈ ਨਾ ਜਿੱਥੇ ਆਪਾਂ ਬਾਏ ਕਾਰ ਈਜ਼ਲੀ ਜਾ ਸਕਦੇ ਹਾਂ ਬਟ ਜੇ ਬੰਦਾ ਜਿਵੇਂ ਇਕੱਲਾ ਹੋਵੇ ਆਪਾਂ ਘਰੇ ਅਲੋਨ ਮਹਿਸੂਸ ਕਰਦੇ ਹਾਂ ਤਾਂ ਆਪਾਂ ਇੱਦਾਂ ਦੀਆਂ ਲੋਕੇਸ਼ਨਸ ਹੈਗੀਆਂ ਨੇ ਥੋੜ੍ਹੀਆਂ ਬਹੁਤ ਜਿੱਥੇ ਆਪਾਂ ਆਊਟਿੰਗ ਕਰਨ ਆ ਸਕਦੇ ਹਾਂ ਜਿਹੜੀਆਂ ਕਿ ਬਿਲਕੁਲ ਨੇੜੇ ਨੇਗੀਆਂ ਅਤੇ ਦੇਖੋ ਸੋਹਣੀ ਲੋਕੇਸ਼ਨ ਬਸ ਮੈਨੂੰ ਇੱਕ ਕਮੀ ਫੀਲ ਹੋ ਰਹੀ ਆ ਕਿ ਮੇਰੇ ਨਾਲ ਨਹੀਂ ਕੋਈ ਕਿ ਮੈਂ ਫੋਟੋ ਨਹੀਂ ਖਿੱਚ ਸਕਦੀ ਮੈਂ ਇੱਕ ਜਗ੍ਹਾ 'ਤੇ ਟਰਾਈ ਕੀਤਾ ਸੀ ਫੋਟੋ ਕਲਿੱਕ ਕਰਨ ਦਾ ਅਤੇ ਬਟ ਉਸ ਸਾਈਡ ਕੈਮਰਾ ਸਾਫ਼ ਨਹੀਂ ਸੀਗਾ ਅਤੇ ਮੈਂ ਇਸ ਸਾਈਡ ਤੋਂ ਫੋਟੋ ਖਿੱਚੀ ਸੀ ਸਾਫ਼ ਨਹੀਂ ਆਈ ਫਰੰਟ ਕੈਮਰਾ ਕਰਕੇ ਐਂਡ ਇਸ ਸਾਈਡ ਤੋਂ ਕਰਨੀ ਪੈਣੀ ਆ ਦੇਖਦੀ ਹਾਂ ਜੇ ਕਿਤੇ ਕੁਛ ਹੋਇਆ ਫੋਨ ਰੱਖਣ ਨੂੰ ਜਗ੍ਹਾ ਹੋਈ ਤਾਂ ਟਾਈਮਰ ਲਾ ਕੇ ਖਿੱਚੂੰਗੀ ਫੋਟੋਜ਼ ਅਦਰਵਾਈਜ਼ ਮੈਂ ਬਸ ਇੱਦਾਂ ਹੀ ਵੀਡੀਓਜ਼ ਬਣਾ ਸਕਦੀ ਹਾਂ ਚੱਲ ਜਸਟ ਸਰਚਿੰਗ ਨਿਊ ਪਲੇਸਿਸ ਦੇਖਦੇ ਰਹੋ ਬਸ ਹੁਣ ਆਪਾਂ ਇਹਦਾ ਰਾਊਂਡ ਕੰਪਲੀਟ ਕਰਕੇ ਉਸ ਸਾਈਡ ਚੱਲ ਜਾਣਾ ਕਿਉਂਕਿ ਆਲਮੋਸਟ ਟਾਈਮ ਹੋ ਗਿਆ ਦੇਖੋ ਯੂ ਕੈਨ ਸੀ ਕਿ ਇੱਦਾਂ ਇੱਦਾਂ ਆਉਂਦਾ ਪਾਣੀ ਇੱਥੇ ਆ ਰਿਹਾ ਕਿਸੇ ਹੋਰ ਸਾਈਡ ਤੋਂ ਵੀ ਬਹੁਤ ਲੋਕ ਜਿੱਦਾਂ ਕੋਈ ਵਾਕਿੰਗ ਕਰਦਾ ਕੋਈ ਕੁਛ ਪਾਰਕ ਵੀ ਬਣਿਆ ਸੁਣੀਆਂ ਲੋਕੇਸ਼ਨਸ ਇਹ ਸਾਰਾ ਨੇਚਰ ਕਰਕੇ ਆ ਹੈ ਨਾ ਨੇਚਰ ਨੂੰ ਇਹਨਾਂ ਲੋਕਾਂ ਨੇ ਸਾਂਭ ਕਰਕੇ ਵਧੀਆ ਸੋਹਣੀਆਂ ਲੱਗਦੀਆਂ ਨੇ ਅੱਜ ਕੱਲ੍ਹ ਮੇਰਾ ਇੰਟਰਸਟ ਇਹਨਾਂ ਚੀਜ਼ਾਂ 'ਚ ਬਣਿਆ ਹੋਇਆ ਕਿਉਂਕਿ ਇੱਕ ਤਾਂ ਇਹ ਨੇੜੇ ਹੁੰਦੀਆਂ ਨੇ ਐਕਸੈਸੀਬਲ ਹੁੰਦੀਆਂ ਨੇ ਅਤੇ ਬਾਕੀ ਹੁਣ ਜਿੱਦਾਂ ਕਿਤੇ ਮੂਵੀ ਦੇਖਣ ਵੀ ਬੰਦਾ ਇਕੱਲਾ ਕੀ ਜਾਵੇ ਅਤੇ ਜਿੱਦਾਂ ਹੁੰਦਾ ਹੈ ਨਾ ਵੈਸੇ ਫੈਮਲੀ ਨਾਲ ਜਾਈਦਾ ਬਟ ਜਦੋਂ ਹੁਣ ਕੰਮ ਹੁੰਦਾ ਜੋਬ ਹੁੰਦੀ ਆ ਅਤੇ ਮੈਂ ਫ੍ਰੀ ਅਤੇ ਫਿਰ ਘਰ ਬੈਠਣ ਨਾਲੋਂ ਵਧੀਆ ਥੋੜ੍ਹੀ ਥੋੜ੍ਹੀ ਚੀਜ਼ਾਂ ਸਰਚ ਕਰਦੇ ਰਹੋ ਆਹ ਕੱਲ੍ਹ ਜਿਹੜਾ ਇੱਥੇ ਥੰਡਰ ਸਟੋਰਮ ਆਇਆ ਸੀ ਉਹਦੇ ਨਾਲ ਦੇਖੋ ਹੋਇਆ ਇਹ ਉੱਦਾਂ ਦੇ ਮੌਸਮ ਜੋ ਇੱਥੇ ਨਾ ਇੱਦਾਂ ਦਾ ਟ੍ਰੇਲਸ ਬਣੇ ਹੋਏ ਕੋਈ ਸਾਈਕਲ 'ਤੇ ਜਾਂਦਾ ਕੋਈ ਕਿੱਦਾਂ ਕਿੱਦਾਂ ਇੱਧਰ ਵੀ ਕੁਛ ਬਣੇ ਹੋਊਗਾ ਵਧੀਆ ਇਹ ਸਾਰੀਆਂ ਚੀਜ਼ਾਂ ਆਪਸ 'ਚ ਇੰਟਰਕਨੈਕਟ ਹੁੰਦੀਆਂ ਨੇ ਸਾਈਕਲ ਲੈ ਕੇ ਆਵੇ ਸਾਈਕਲ 'ਤੇ ਆ ਕੇ ਬੰਦਾ ਘੁੰਮੇ ਮੈਂ ਹੁਣ ਸਾਈਕਲ ਲੈ ਲੈਣਾ ਇੱਕ ਅਤੇ ਫਿਰ ਵਧੀਆ ਸਾਈਕਲ ਲਵੋ ਚੱਕੋ ਸਾਈਕਲ ਕਿਉਂਕਿ ਸਾਡੇ ਘਰ ਤੋਂ ਵੀ ਨੇੜੇ ਹੀ ਆ ਕੋਈ ਬਹੁਤੀ ਦੂਰ ਨਹੀਂ ਸਾਈਕਲਿੰਗ ਦੀ ਸਾਈਕਲਿੰਗ ਹੋ ਜਾਂਦੀ ਆ ਘੁੰਮਣ ਦਾ ਘੁੰਮਿਆ ਜਾਂਦਾ ਟਾਈਮ ਸਪੈਂਡ ਵਧੀਆ ਹੋ ਜਾਂਦਾ ਮਾਇੰਡ ਫਰੈਸ਼ ਰਹਿੰਦਾ ਬਹੁਤ ਸਾਰੇ ਬੈਨੀਫਿਟਸ ਆਪਾਂ ਲੈ ਸਕਦੇ ਹਾਂ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਮੋਰਨਿੰਗ ਈਵਨਿੰਗ ਵੀਕੈਂਡਸ 'ਤੇ ਬੰਦਾ ਫ੍ਰੀ ਹੁੰਦਾ ਤਾਂ ਆਪਾਂ ਈਜ਼ੀਲੀ ਆ ਸਕਦੇ ਹਾਂ ਇੱਥੇ ਆਪਣਾ ਟਾਈਮ ਆ ਜਿਹੜਾ ਉਹ ਸਪੈਂਡ ਕਰ ਸਕਦੇ ਹਾਂ ਕਿੰਨੀਆਂ ਐਕਟੀਵਿਟੀਜ਼ ਹੋ ਗਈਆਂ ਰਨਿੰਗ ਕਰਨੀ ਹੋਵੇ ਬੰਦਾ ਸਾਈਕਲ 'ਤੇ ਆਵੇ ਤਾਂ ਵੀ ਵਧੀਆ ਗਾ ਅਦਰਵਾਈਜ਼ ਸਾਈਕਲਿੰਗ ਕਰਨੀ ਆ ਫਿਰ ਤਾਂ ਸਾਈਕਲਿੰਗ ਵਾਸਤੇ ਤਾਂ ਵਧੀਆ ਹੀ ਆ ਹੈ ਨਾ ਜਿੱਦਾਂ ਝੂਲੇ ਵਗੈਰਾ ਨੇ ਵਧੀਆ ਮੈਂ ਕਿਹਾ ਜਵਾਕ ਨੇ 10 ਗੇੜੇ ਦੇ ਦੇ ਪੂਰਾ ਸ਼ਰਾਰਤੀ ਆ ਇਹ ਸਟਿਲ ਇੰਜੋਏਬਲ ਨੈਚੁਰਲ ਮੈਂ ਇੱਕ ਤਾਂ ਰਾਊਂਡ ਪੂਰਾ ਕਰੀ ਲਿਆ ਇੱਧਰ ਵੀ ਰਹਿੰਦੇ ਆ ਲੋਕ ਦਿਸ ਸਾਈਡ ਦੇਖੋ ਵਾਕ ਕਰ ਰਹੇ ਭੱਜੀ ਫਿਰਦੀ ਆ ਕਦੋਂ ਦੀ ਕਿੰਨੇ ਟਾਈਮ ਹੋ ਗਿਆ ਪਤਾ ਨਹੀਂ ਕਿੱਧਰ ਜਾ ਕੇ ਆ ਉਹ ਉੱਪਰ ਵੀ ਜਾਈ ਜਾਂਦੀ ਸੀ ਬਹੁਤ ਸੋਹਣਾ ਆਹ ਲੱਕੜ ਜੀ ਪਤਾ ਕਿਉਂ ਪਈ ਜਾਂਦੀ ਆ ਤਾਂ ਹੁੰਦੀ ਆ ਕਿ ਕੋਈ ਗਿਰ ਜੇ ਨਾ ਉਹਦੇ ਸੱਟ ਨਾ ਲੱਗੇ ਹੁਣ ਆਪਾਂ ਦੂਰ ਵੈਸੇ ਕਾਫੀ ਜਾਣਾ ਮੈਂ ਥੋੜ੍ਹਾ ਜਲਦੀ ਜਾਵਾਂ ਮੇਰੀ ਬੱਸ ਦਾ ਟਾਈਮ ਆਲਮੋਸਟ ਹੋ ਹੀ ਗਿਆ
ਮੇਰੀ ਬੱਸ ਨਾ ਲੰਘ ਜੇ, ਫਿਰ ਬੱਸ ਵੀ ਨਹੀਂ ਮਿਲਣੀ ਅਤੇ ਵੀਕਐਂਡ ਆ ਫਿਰ ਉਸ ਤੋਂ ਬਾਅਦ। ਹੁਣ ਮੇਰੇ ਕੋਲ ਹੋਏ ਆ 8:32, 8:50 ਕਿਤੇ ਬੱਸ ਆ ਹੈ ਨਾ, ਅਤੇ ਆਲਮੋਸਟ ਮੇਰੇ ਕੋਲ 10 ਮਿੰਟ ਆ ਕਿਉਂਕਿ 45 'ਤੇ ਤਾਂ ਪਹੁੰਚਣਾ ਪੈਣਾ, ਅਤੇ ਨਹੀਂ ਫਿਰ 9:44 'ਤੇ ਆ ਬੱਸ, ਫਿਰ ਮੈਂ ਲੇਟ ਹੋ ਜਾਣਾ। ਸੋ ਇਸ ਕਰਕੇ ਮੈਂ ਚਲੋ ਕਿਸੇ ਲੇਟ ਵੀ ਜਾ ਸਕਦੀ ਹਾਂ, ਮੈਂ ਘਰੇ ਕਰਨਾ ਕੁਛ ਨਹੀਂ, ਬਟ ਸਟਿਲ ਫਿਰ ਵੀ ਜਾਊਂਗੀ ਘਰੇ, ਥੋੜ੍ਹਾ ਬਹੁਤ ਕੁਛ ਪੈਂਡਿੰਗ ਵਰਕ ਕਰ ਲੇਂਗੇ। ਇਹ ਆ ਵਧੀਆ ਕੀ ਵੈਸੇ ਵੀ ਜਿਹੜੇ ਲੋਕ ਬ੍ਰੈਂਪਟਨ 'ਚ ਰਹਿੰਦੇ ਆ ਅਤੇ ਜ਼ਿਆਦਾ ਦੂਰ ਨਹੀਂ ਜਾ ਸਕਦੇ, ਜਾਂ ਜਿੱਦਾਂ ਇਕੱਲੇ ਹੁੰਦੇ ਆ ਹੈ ਨਾ, ਜਿਨ੍ਹਾਂ ਕੋਲ ਅਜੇ ਕਾਰ ਵਗੈਰਾ ਨਹੀਂ ਹੈਗੀ, ਉਹਨਾਂ ਨੇ ਬੱਸ 'ਤੇ ਟਰੈਵਲ ਕਰਨਾ ਹੁੰਦਾ, ਉਹ ਆ ਸਕਦੇ ਆ। ਜਿਵੇਂ ਜੇ 2 ਜਣੇ ਹੋਣ, 2 ਫਰੈਂਡਸ ਹੋਣ ਤਾਂ ਵਧੀਆ ਕੀ, ਨਵੇਂ ਬੰਦੇ ਨੂੰ ਤਾਂ ਵੈਸੇ ਪੁਰਾਣੇ ਲਈ ਵੀ ਵਧੀਆ, ਪਰ ਨਵੇਂ ਬੰਦੇ ਨੂੰ ਤਾਂ ਬਹੁਤ ਹੀ ਵਧੀਆ ਲੱਗਣੀ ਆ। ਲੋਕੇਸ਼ਨ ਵਧੀਆ, ਲੋਕੇਸ਼ਨ ਪਿਕਚਰ ਵਾਲਾ ਸੋਹਣਾ, ਹੋਰ ਕੀ ਹੁੰਦਾ, ਘੁੰਮ ਲਓ ਫਿਰ ਲਓ, ਥੋੜ੍ਹਾ ਟਾਈਮ ਸਪੈਂਡ ਹੋ ਜਾਂਦਾ, 4 ਫੋਟੋਆਂ ਖਿੱਚ ਲਓ, 4 ਵੀਡੀਓ ਬਣਾ ਲਓ, ਦੈਟਸ ਆਲ। ਫਰੰਟ ਨਾਲ ਕੈਮਰੇ ਨਾਲ ਜਿੱਦਾਂ ਆਪਾਂ ਖਿੱਚਦੇ ਹਾਂ ਫੋਟੋ, ਵੀਡੀਓ ਇੰਨੀ ਨਹੀਂ ਵੀ ਵਧੀਆ ਹੁੰਦੀ ਹੁੰਦੀ ਆ, ਬਟ ਅਤੇ ਫਿਰ ਉਹ ਦੂਰੋਂ ਦੂਰੋਂ ਲੋਕੇਸ਼ਨ ਨਹੀਂ ਆਉਂਦੀ। ਫੋਟੋ ਵੀਡੀਓ ਆਪਾਂ ਲੈ ਸਕਦੇ ਹਾਂ, ਬਟ ਉਹਦੇ ਵਿੱਚ ਕੀ ਹੈਗਾ, ਲੋਕੇਸ਼ਨ ਨਹੀਂ ਆਉਂਦੀ, ਅਤੇ ਲੋਕੇਸ਼ਨ ਦੀ ਫਿਰ ਬਹੁਤ ਜ਼ਿਆਦਾ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ। ਫਿਰ ਉਹਨੂੰ ਲਾਈਕ ਇਹਨਾਂ ਨੇ ਵਰਡਸ ਲਈ ਆ ਰੱਖਿਆ ਹੋਇਆ, ਜੇ ਕੋਈ ਨਾਲ ਹੋਵੇ ਫਿਰ ਆਪਾਂ ਫੋਟੋਜ਼ ਵੀ ਵਧੀਆ ਖਿੱਚ ਸਕਦੇ, ਵੀਡੀਓਜ਼, ਜਿਹੜੀ ਚੀਜ਼ ਇਸ ਟਾਈਮ ਮੈਂ ਮਿਸ ਕਰ ਰਹੀ ਹਾਂ। ਜੇ ਕਾਸ਼ ਕੋਈ ਮੇਰੇ ਨਾਲ ਹੁੰਦਾ ਤਾਂ ਉਹਨੂੰ ਮੈਂ 10-15-20 ਫੋਟੋ ਖਿੱਚਣੀਆਂ ਸੀ, ਕੁਛ ਵੀਡੀਓਜ਼ ਅਪਡੇਟ ਕਰਨੀਆਂ ਸੀ, ਸ਼ੋਰਲੀ ਬਟ ਕੋਈ ਨਹੀਂ, ਚਲੋ ਜਿੰਨਾ ਕੁ ਜੋ ਕੈਪਚਰ ਕੀਤਾ। ਹੁਣ ਇੰਨੀਆਂ ਚੀਜ਼ਾਂ ਮੈਂ ਫੋਨ 'ਚ ਨਹੀਂ ਰੱਖ ਸਕਦੀ ਜੋ ਮੈਂ ਕੈਪਚਰ ਕੀਤੀਆਂ ਨੇ, ਸੋ ਇਹਨਾਂ ਨੂੰ ਮੈਂ ਔਨਲਾਈਨ ਪੋਸਟ ਕਰੂੰਗੀ ਆਪਦੇ ਸਾਰੇ ਸੋਸ਼ਲ ਅਕਾਊਂਟ 'ਤੇ, ਅਲੋਂਗ ਵਿਦ ਯੂਟਿਊਬ, ਕਿੱਥੇ ਪਈਆਂ ਰਹਿਣਗੀਆਂ। ਇਹ ਮੇਰੀ ਮੈਮਰੀਜ਼ ਨੇ, ਵਧੀਆ ਲੱਗਦਾ ਮੈਨੂੰ ਨੇਚਰ ਦੇ ਨੇੜੇ ਰਹਿਣਾ ਜਾਂ ਘੁੰਮਣਾ, ਇਕੱਲੇ ਘੁੰਮੋ ਜਾਂ ਜਿੱਦਾਂ ਵੀ, ਸਾਰਾ ਸੋਹਣਾ ਹੈਗਾ, ਸਿਰਾ ਕੰਮ ਆ ਵਧੀਆ ਹੈਗਾ, ਬਸ ਖੁਸ਼ ਰਹੋ, ਇੰਜੋਏ ਕਰੋ, ਇੰਜੋਏ ਬੀਂਗ ਅਲੋਨ। ਕੌਂਸਟੇਬਲ ਡਰਾਈਵ ਤੋਂ ਤਾਂ ਮੇਰੀ ਬੱਸ ਨਿਕਲ ਗਈ ਸੀ, ਬਟ ਆਹ 2 ਨੰਬਰ ਬੱਸ ਸੀ, ਪਤਾ ਨਹੀਂ ਕਿੱਧਰ ਜਾ ਰਹੀ ਆ, ਅਤੇ ਉਹ ਬੱਸ ਦੀ ਡਰਾਈਵਰ ਸੀ ਜਿਹੜੀ ਉਸ ਸਾਈਡ ਜਾ ਰਹੇ ਨੇ, ਅਤੇ ਮੈਂ ਉਹਨਾਂ ਨੂੰ ਪੁੱਛਿਆ, ਕਿਉਂਕਿ ਮੇਰਾ ਫੋਨ ਵੀ ਬੰਦ ਹੋਣ ਵਾਲਾ ਸੀਗਾ ਔਰ ਮੈਂ ਸਟਿਲ ਵੀਡੀਓ ਬਣਾ ਰਹੀ ਹਾਂ, ਤਾਂ ਉਹ ਕਹਿੰਦੇ ਵੀ ਮੈਂ ਤੁਹਾਨੂੰ ਇੱਧਰ ਹਾਰਟ ਲੇਕ ਦਾ ਇੱਥੇ ਇੱਕ ਟਰਮੀਨਲ ਆਉਂਦਾ 23 ਨੰਬਰ ਬੱਸ ਦਾ, ਕਿ ਮੈਂ ਤੁਹਾਨੂੰ ਉੱਥੇ ਡਰੋਪ ਕਰ ਦੂੰਗੀ, ਤੁਸੀਂ ਉੱਥੋਂ ਬੱਸ ਲੈ ਲਿਓ। ਇੱਥੇ ਇੱਦਾਂ ਬਣੇ ਹੁੰਦੇ ਆ ਜਿੱਦਾਂ ਬੱਸ ਸਟੋਪ, ਵੀ ਜਿਵੇਂ ਇੱਥੇ 3 ਏ ਲਿਖਿਆ, 3 and 3 A ਹੈ ਨਾ, ਇੱਥੋਂ ਉਹ ਬੱਸ ਮਿਲਣੀ ਆ, ਅਤੇ ਉਰੋਂ 7 ਮਿਲਣੀ ਆ ਨੌਰਥ ਬਾਊਂਡ, ਇੱਥੋਂ 23 ਮਿਲਣੀ ਆ ਈਸਟ ਬਾਊਂਡ, ਅਤੇ ਉੱਥੋਂ 27 ਮਿਲਣੀ ਆ ਸਾਊਥ ਬਾਊਂਡ। ਇਹ ਆਪਾਂ ਨੂੰ ਇੱਥੇ ਆ ਕੇ ਬੰਦਾ ਸਾਊਥ ਬਾਊਂਡ, ਈਸਟ ਬਾਊਂਡ, ਨੌਰਥ ਬਾਊਂਡ ਹੈ ਨਾ, ਸਾਰਿਆਂ 'ਚ ਬਹੁਤ ਜ਼ਿਆਦਾ ਕਨਫਿਊਜ਼ ਹੁੰਦਾ ਗਾ। ਇਹ ਜਿਵੇਂ ਆਪਾਂ ਇਹਦੇ ਉੱਪਰ ਦੇਖ ਲਿਆ, ਅਤੇ ਜਦੋਂ ਆਪਾਂ ਗੂਗਲ ਮੈਪ 'ਤੇ ਦੇਖਦੇ ਹਾਂ ਜਿਵੇਂ 7A, ਕਈ ਵਾਰ ਆਪਾਂ ਇਕੱਲਾ 7A ਦੇਖ ਲੈਂਦੇ ਹਾਂ, ਅਤੇ ਬਟ ਉੱਥੇ ਆਪਾਂ ਦੇਖਣਾ ਗਾ ਨੌਰਥ ਸਾਊਥ ਜਿਹੜਾ ਵੀ ਹੋਊਗਾ, ਫਿਰ ਆਪਾਂ ਉੱਥੇ ਦੇਖਣਾ ਹੁੰਦਾ। ਕਈ ਵਾਰ ਤਾਂ ਲਿਖਿਆ ਹੁੰਦਾ ਕਈ ਸਟੋਪ 'ਤੇ, ਤਾਂ ਕਈ ਤਾਂ ਲਿਖਿਆ ਨਹੀਂ ਹੁੰਦਾ। ਜਸਟ ਮਿੰਟ, ਜਿਹੜੀ ਅੱਜ ਵੀਡੀਓ ਹੈ ਇੱਦਾਂ ਗਾ ਵੀ ਆਪਣੇ ਰੋਡ ਕ੍ਰੋਸ ਕਿੱਦਾਂ ਕਰਨਾ, ਜਿਵੇਂ ਆਹ ਸਾਹਮਣੇ ਕੈਨੇਡੀ ਲਿਖਿਆ ਅਤੇ ਇੱਧਰ ਲਿਖਿਆ ਸੈਂਟਰ ਬੋਰਡ ਹੈ ਨਾ, ਅਤੇ ਜਿਵੇਂ ਸਾਹਮਣੇ ਜਾਣਾ ਆਪਣੇ ਆਹ ਬਟਨ ਪ੍ਰੈਸ ਕਰਨਾ, ਇੱਥੇ ਲਿਖਿਆ ਹੁੰਦਾ ਡੂ ਨੋਟ ਕ੍ਰੋਸ, ਇੱਦਾਂ ਆਪਾਂ ਕਰਨਾ, ਅਤੇ ਕਰਕੇ ਆਹ ਸਾਹਮਣੇ ਕੈਨੇਡੀ ਆ ਅਤੇ ਇਸਰਾਇਲ ਸੈਂਡਲ ਬੋਰਡ ਆ। ਹੁਣ ਆਪਾਂ ਪ੍ਰੈਸ ਕਰਕੇ ਵੇਟ ਕਰਨੀ ਆ, ਜਿੱਦਾਂ ਉਹ ਰੈੱਡ ਲਾਈਟ ਹੋ ਗਈ ਆ ਸਾਹਮਣੇ ਵਾਲੀਆਂ ਰੁਕ ਜਾਣਗੀਆਂ, ਅਤੇ ਉਹ ਸਾਹਮਣੇ ਨਾ ਸਿੰਬਲ ਆਊਗਾ ਤੁਰਨ ਵਾਲਾ ਬਣਿਆ ਹੋਊਗਾ,
ਜਿਵੇਂ ਆਹ ਵਾਲਾ ਸਿੰਬਲ ਆਊਗਾ ਤੇ ਜਦੋਂ ਇਹ ਵਾਲਾ ਸਿੰਬਲ ਆ ਗਿਆ ਫਿਰ ਆਪਾਂ ਨੇ ਅੱਗੇ ਲਾਈਕ ਵਾਕ ਕਰਨਾ ਗਾ ਹੁਣ ਆਪਾਂ ਪ੍ਰੈਸ ਕੀਤਾ ਹੋਇਆ ਸਾਹਮਣੇ ਵਾਲਿਆਂ ਦਾ ਗ੍ਰੀਨ ਆ ਤੇ ਜਦੋਂ ਆਹ ਸਾਹਮਣੇ ਵਾਲਿਆਂ ਦਾ ਇੱਧਰੋਂ ਕ੍ਰੋਸ ਹੋ ਕੇ ਰੈੱਡ ਹੋ ਗਿਆ ਤੇ ਜਦੋਂ ਆਹ ਸਾਹਮਣੇ ਵਾਲਾ ਗ੍ਰੀਨ ਤੋਂ ਰੈੱਡ ਹੋ ਗਿਆ ਨਾ ਸਾਹਮਣੇ ਵਾਲੀ ਕ੍ਰੋਸਿੰਗ ਰੁਕ ਗਈ ਹੁਣ ਯੈਲੋ ਹੋ ਗਈ ਯੈਲੋ ਮਤਲਬ ਸਟੋਪ ਵੀ ਵੇਟ ਕਰੋ ਦੈਨ ਰੁਕੋ ਹੁਣ ਆਪਣਾ ਸਿੰਬਲ ਆਊਗਾ ਤੇ ਹੁਣ ਆਪਾਂ ਜਾਵਾਂਗੇ ਲਾਈਕ ਦਿਸ ਹੁਣ ਜਿੱਦਾਂ ਆ ਗਿਆ ਹੁਣ ਤੁਰੋ ਇੱਦਾਂ ਰੋਡ ਨੂੰ ਕ੍ਰੋਸ ਕਰੀਦਾ ਜਿੰਨਾ ਟਾਈਮ ਵਾਈਟ ਜਿਵੇਂ ਆਹ ਹੁੰਦਾ 21-22 ਕਲੀਅਰ ਨਹੀਂ ਆ ਰਿਹਾ ਇਹਦੇ ਵਿੱਚ ਅਤੇ ਲਾਈਟ ਇੱਦਾਂ ਵੀ 16 ਸੈਕਿੰਡ ਰਹਿ ਗਏ ਇੰਨੇ ਰਹਿ ਗਏ ਇੱਦਾਂ ਜਿਵੇਂ ਆਹ ਉਰੇ ਲਿਖਿਆ ਵੀ ਮੈਕਸੀਮਮ ਇੰਨੀ ਸਪੀਡ ਹੋਣੀ ਚਾਹੀਦੀ ਆ ਅਤੇ ਆਹ ਇੱਥੇ ਕੋਈ ਪਾਰਕ ਹੋਊਗਾ ਇਹ ਲਿਖਿਆ ਬਸ ਹੁਣ ਆਪਾਂ ਰੋਡ ਕ੍ਰੋਸ ਕਰੇ ਆਏ ਵਿਲੇਜ ਆਫ ਹਾਰਟ ਲੇਕ ਅਤੇ ਜਿਵੇਂ ਹੁਣ ਇੱਥੇ ਤੱਕ ਮੈਂ ਪਹੁੰਚ ਗਈ ਹਾਂ ਇਸ ਤੋਂ ਬਾਅਦ ਮੈਂ 2 ਕਿਲੋਮੀਟਰ ਤੁਰ ਕੇ ਜਾਣਾ ਪਰ ਮੈਂ ਗੂਗਲ ਮੈਪ 'ਤੇ ਰਸਤਾ ਜਿਹੜਾ ਉਹ ਦੇਖ ਲਿਆ ਅਤੇ ਉਹ ਸਾਰਾ ਮਤਲਬ ਕਿ ਮੈਂ ਸੈਂਡਲਵੁੱਡ ਨੂੰ ਫੋਲੋ ਕਰਕੇ ਜਾਣਾ ਇਹ ਜਿਹੜੀ ਕਲਿੱਪ ਹੈਗੀ ਵੀਡੀਓ ਹੈਗੀ ਇਹ ਮੈਂ ਤਾਂ ਬਣਾ ਰਹੀ ਹਾਂ ਕਿਉਂਕਿ ਜਦੋਂ ਬੰਦਾ ਸਟਾਰਟਿੰਗ 'ਚ ਇੱਥੇ ਆਉਂਦਾ ਤਾਂ ਬਹੁਤ ਕਨਫਿਊਜ਼ ਹੁੰਦਾ ਈਵਨ ਕਿ ਤੁਰ ਕੇ ਜਾਣਾ ਰਸਤਾ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਹੁੰਦਾ ਡਿਫੀਕਲਟ ਅਤੇ ਕਿਉਂਕਿ ਤਾਂ ਹੀ ਹੁੰਦਾ ਵੀ ਆਪਾਂ ਨੂੰ ਇੱਕ ਤਾਂ ਪਤਾ ਨਹੀਂ ਹੁੰਦਾ ਹੈ ਨਾ ਅਤੇ ਜਸਟ ਅ ਮਿੰਟ ਅਤੇ ਬੰਦੇ ਨੂੰ ਇਹ ਹੋ ਜਾਂਦਾ ਮੈਂ ਕਿੱਦਾਂ ਕਿੱਦਾਂ ਜਾਵਾਂ ਹੈ ਨਾ ਕਿੱਦਾਂ ਕਿੱਦਾਂ ਕਰਾਂ ਜਿਵੇਂ ਤੁਰ ਕੇ ਆਪਾਂ ਤੁਹਾਨੂੰ ਦੱਸਿਆ ਗਾ ਉਹ ਆਪਾਂ ਲਾਈਟਾਂ ਜਿੱਦਾਂ ਕ੍ਰੋਸ ਕਰਨੀਆਂ ਨੇ ਆਪਾਂ ਉੱਥੇ ਇੱਕ ਬਟਨ ਹੁੰਦਾ ਗਾ ਆਪਾਂ ਜਿਸ ਸਾਈਡ ਜਾਣਾ ਜਿਵੇਂ 2 ਹੁੰਦੀਆਂ ਨੇ ਕ੍ਰੋਸ ਸੈਕਸ਼ਨ ਬਣਿਆ ਹੁੰਦਾ ਪਲੱਸ ਦੀ ਨਿਸ਼ਾਨੀ ਹੁੰਦੀ ਆਪਾਂ ਜਿਹੜੀ ਸਾਈਡ ਜਾਣਾ 2 ਬਟਨ ਹੁੰਦੇ ਨੇ ਉੱਧਰ ਨੂੰ ਐਰੋ ਹੁੰਦਾ ਜਿਵੇਂ ਸਿੱਧਾ ਜਾਣਾ ਟੇਢਾ ਜਾਣਾ ਜਿਹੜੀ ਸਾਈਡ ਜਾਣਾ ਉਹ ਬਟਨ ਨੂੰ ਪ੍ਰੈਸ ਕਰ ਦਿਓ ਪ੍ਰੈਸ ਕਰਕੇ ਵੇਟ ਕਰੋ ਵੇਟ ਕਰਕੇ ਅਤੇ ਫਿਰ ਉੱਥੇ ਪਹਿਲਾਂ ਸਾਹਮਣੇ ਲਾਈਟਸ ਦਾ ਵੀ ਧਿਆਨ ਰੱਖੋ ਰੈੱਡ ਦਾ ਮਤਲਬ ਹੁੰਦਾ ਵੀ ਰੁਕ ਜਾਓ ਉਹ ਕਾਰਾਂ ਲਈ ਹੁੰਦਾ ਅਤੇ ਫਿਰ ਆਪਣੇ ਲਈ ਉੱਥੇ ਇੱਕ ਜਿੱਦਾਂ ਬੰਦੇ ਦਾ ਸਿੰਬਲ ਜਿਹਾ ਬਣਿਆ ਆ ਜਾਂਦਾ ਫੋਟੋ 'ਚ ਵੀ ਹਾਂ ਹੁਣ ਜਿਹੜੇ ਤੁਰਨ ਵਾਲੇ ਬੰਦੇ ਆ ਉਹ ਤੁਰ ਕੇ ਜਾ ਸਕਦੇ ਆ ਅਤੇ ਮੌਸਮ ਠੀਕ ਆ ਵੈਸੇ ਹੋ ਗਿਆ ਥੋੜ੍ਹਾ ਹਨੇਰਾ ਬੜਾ ਇੰਨਾ ਵੀ ਨਹੀਂ ਹੋਇਆ ਹੈ ਨਾ ਸਟਿਲ ਅਤੇ ਹੁਣ ਮੈਂ 2 ਕਿਲੋਮੀਟਰ ਤੁਰ ਕੇ ਜਾਣਾ ਮੈਂ ਚੱਲ ਪੈਣਾ ਕਿਉਂਕਿ ਬੱਸ ਨੇ ਆਉਣਾ ਸੀ ਇਸ ਤੋਂ ਬਾਅਦ 9:43 'ਤੇ ਬੱਸ ਨੇ 5 ਮਿੰਟਾਂ 'ਚ ਲਾ ਦੇਣਾ ਸੀ 9:48 'ਤੇ ਮੈਨੂੰ ਲੱਗ ਜਾਣਗੇ 20-25 ਮਿੰਟ ਚਲੋ ਨਾਲ ਦੀ ਨਾਲ ਥੋੜ੍ਹੀ ਵਾਕ ਵੀ ਹੋ ਜਾਣੀ ਆ ਅਤੇ ਪਹੁੰਚ ਜਾਣਾ ਮੈਂ 9:30 'ਤੇ ਬੱਸ ਦੇ ਅਕੋਰਡਿੰਗ 9:48 'ਤੇ ਪਹੁੰਚਣਾ ਸੀ ਬਟ ਮੈਂ ਬੱਸ ਦੀ ਵੇਟ ਕਰ ਸਕਦੀ ਸੀ ਪਰ ਮੈਂ ਬੱਸ ਦੀ ਵੇਟ ਕੀਤੀ ਕਿਉਂ ਨਹੀਂ ਕਿਉਂਕਿ ਅੱਜ ਸੈਚਰਡੇ ਆ ਹੈ ਨਾ ਸੈਚਰਡੇ ਸੰਡੇ ਇੱਦਾਂ ਹੀ ਹੁੰਦਾ ਕਈ ਵਾਰੀ ਬੱਸ ਦਿਖਾਉਂਦੇ ਰਹਿੰਦੇ ਆ ਕਿ ਵੀ ਬੱਸ ਆਊਗੀ 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 ਐਵੇਂ ਨਹੀਂ ਪਤਾ ਵੀ ਐਂਡ 'ਤੇ ਦਿਖਾ ਦੇਣ ਵੀ ਉਹ ਡਿਪਾਰਟਡ ਹੋ ਗਈ ਉਹਨੂੰ ਤਾਂ ਨਾ ਆਵੇ ਕੋਈ ਮੈਨੂੰ ਘੱਟ ਹੀ ਯਕੀਨ ਜਾਗਾ ਫਿਰ ਮੈਨੂੰ ਜਦੋਂ ਇੱਦਾਂ ਹੋਵੇ ਵੀ ਨੇੜੇ ਆ ਮੈਂ ਤੁਰ ਕੇ ਜਾ ਸਕਦੀ ਹਾਂ ਫਿਰ ਮੈਂ ਉਸ ਟਾਈਮ ਨਹੀਂ ਰਿਸਕ ਲੈਂਦੀ ਹੁੰਦੀ ਹੈਗੀ ਵੀ ਕਾਸੇ ਦਾ ਕਿ ਮੈਂ ਹੁਣ ਉੱਥੇ ਵੇਟ ਕਰਾਂ ਉਹਦੀ ਅਤੇ ਮੈਂ ਦੇਖ ਲਿਆ ਸੀ ਮੇਰਾ ਫੋਨ ਵੀ ਬੰਦ ਹੋਣ ਵਾਲਾ ਅਤੇ ਹੁਣ ਇੱਕ ਆਹ ਵਾਲੀ ਡਰਾਈਵ ਆਉਣੀ ਆ ਇੰਟਰਸੈਕਸ਼ਨ ਪਰ ਵੀ ਮੈਂ ਉੱਪਰਲੇ ਨੂੰ ਮੇਨ ਉੱਪਰ ਜਿਹੜਾ ਬੋਰਡ 'ਤੇ ਲਿਖਿਆ ਸੈਂਡਲਵੁੱਡ ਮੈਂ ਉਹਨੂੰ ਫੋਲੋ ਕਰਨਾ ਸੈਂਡਲਵੁੱਡ 'ਤੇ ਸਿੱਧਾ ਸਿੱਧਾ ਜਾ ਕੇ ਮੈਂ ਹਾਰਟ ਲੇਕ 'ਤੇ ਮੁੜਨਾ